ASI ਤੋਂ ਬਾਅਦ ਸਬ ਇੰਸਪੈਕਟਰ ਬਣੇ। ਨਿਰਮਲ ਸਿੰਘ ਨੇ ਆਪਣੀ ਇੱਕ ਖੁਆਇਸ਼ ਰੱਖੀ ਸੀ ਅਫਸਰਾਂ ਦੇ ਸਾਹਮਣੇ ਕਿ ਜਿੱਦਣ ਮੇਰੀ ਰਿਟਾਇਰਮੈਂਟ ਹੋਵੇ ਤੇ ਮੈਨੂੰ ਸਰਕਾਰੀ ਗੱਡੀ ਹੈ ਜਿਹੜੀ ਉਹ ਘਰ ਛੱਡ ਕੇ ਜਾਵੇ। SHO ਸਾਹਿਬ ਨੇ ਅੱਗੇ ਗੱਲ ਕੀਤੀ ਅਫਸਰਾਂ ਦੇ ਨਾਲ ਤੇ ਜਦੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਕੋਲ ਇਹ ਗੱਲ ਪਹੁੰਚਦੀ ਹੈ ਤੇ ਉਹ ਖਾਸ ਤੌਰ ਤੇ ਇਸ ਚੀਜ਼ ਤੋਂ ਪ੍ਰਭਾਵਿਤ ਵੀ ਹੁੰਦੇ ਨੇ ਤੇ ਰਿਟਾਇਰਮੈਂਟ ਵਾਲੇ ਦਿਨ ਨਿਰਮਲ ਸਿੰਘ ਦੀ ਜੀ ਉਹਦੀ ਖੁਆਇਸ਼ ਹੈ ਉਹਨੂੰ ਪੂਰੀ ਕਰਨ ਵਾਸਤੇ ਆਪਣੀ ਉਹ ਗੱਡੀ ਜਿਹੜੀ ਹੈ ਥਾਣੇ ਭੇਜ ਦਿੰਦੇ ਨੇ। ਇਸ ਤਰੀਕੇ ਦੇ ਨਾਲ ਮੌਜੂਦ ਹੈ ਪੂਰਾ ਸਤਿਕਾਰ ਇੱਕ ਆਪਣੇ ਮੁਲਾਜ਼ਮ ਨੂੰ ਸਾਥੀ ਨੂੰ ਦਿੱਤਾ ਜਾ ਰਿਹਾ ਵੈ। ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਤਸਵੀਰ ਹੈ, ਖਾਸ ਤੌਰ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨੌਕਰੀ ਕਰਨਾ ਚਾਹੁੰਦੀ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ, ਪਰ ਅੱਜ ਜਿਸ ਤਰੀਕੇ ਦੇ ਨਾਲ ਇੱਕ ਸਨਮਾਨ ਦਿੱਤਾ ਜਾ ਰਿਹਾ ਵੈ ਜੀ, ਜਿਸ ਦਿਨ ਨੌਕਰੀ ਮਿਲੀ ਉਸ ਦਿਨ ਵੀ ਜੀ, ਤੇ ਜਿਸ ਦਿਨ ਹੁਣ ਰਿਟਾਇਰ ਹੋਏ ਦੋਨੇ ਬਹੁਤ ਵਧੀਆ। ਸਰਕਾਰਯੋਗ ਇਹਨਾਂ ਦੇ ਜਿਹੜੀ ਸੇਵਾਵਾਂ ਨੇ ਜਿਹੜੀਆਂ ਇੰਨੀਆਂ 31.5 ਸਾਲ ਨਿਭਾਈਆਂ ਪੰਜਾਬ ਪੁਲਿਸ ਦੇ ਵਿੱਚ ਲੰਬਾ ਸਮਾਂ, ਉਹਨੂੰ ਇੱਕ ਰਿਸਪੈਕਟ ਕਰਦੇ ਹੋਏ ਉਹਨਾਂ ਨੇ ਨਾ ਕੇਵਲ ਇਹਨਾਂ ਦੀ ਇੱਛਾ ਨੂੰ ਪੂਰਾ ਕੀਤਾ ਬਲਕਿ ਆਪਣੀ ਪਰਸਨਲ ਗੱਡੀ ਤੇ ਆਪਣੀ ਪਾਇਲਟ ਭੇਜੀ ਤਾਂ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਜਿਹੜਾ ਸਭ ਤੋਂ ਵੱਡਾ ਇਹਨਾਂ ਨੂੰ ਤੋਹਫਾ ਦਿੱਤਾ ਜਾ ਸਕੇ, ਜਿਹੜਾ ਕਿ ਇੱਕ ਯਾਦਗਾਰ ਬਣਾਵੇ ਇਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਨੂੰ, ਸਾਡੇ ਸਾਰਿਆਂ ਵਾਸਤੇ ਬਹੁਤ ਹੀ ਮੋਟੀਵੇਟਿੰਗ ਹੈ ਤੇ ਸਾਡੀ ਫੋਰਸ ਵਾਸਤੇ ਇਹ ਇੱਕ ਪ੍ਰੇਰਣਾ ਸਰੋਤ ਹੈ। ਤਸਵੀਰ ਹੈ ਬਹੁਤ ਅਹਿਮ ਹੈ ਕਿਸ ਤਰੀਕੇ ਦੇ ਨਾਲ ਇਸ ਵਕਤ ਫੇਅਰਵੈਲ ਜਿਹੜਾ ਹੈ ਕਿ ਉਹ ਦੇਖ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਖਾਸ ਤੌਰ ਤੇ ਅੱਗੇ ਪਿੱਛੇ ਦੋਨੋਂ ਪਾਸੇ ਐਸਕੋਰਟ ਦੀਆਂ ਗੱਡੀਆਂ ਨੇ, ਨਾਲ ਹੀ ਮੁਲਾਜ਼ਮ ਇਸ ਵਕਤ ਜਿਹੜਾ ਕਿ ਉਹ ਰੁਖਸਤ ਕਰਦੇ ਪਏ ਨੇ। ਸਵਾਗਤ ਹੈ PTC ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ। ਜਲੰਧਰ ਦੇ 8 ਨੰਬਰ ਥਾਣੇ ਤੋਂ ਲਾਈਵ ਹੋਏ ਆ। ਖਾਸ ਵਜ੍ਹਾ ਉਹਦੀ ਇਹ ਹੈ ਕਿ ਕੋਈ ਅੱਜ ਤੁਹਾਨੂੰ ਕ੍ਰਾਈਮ ਦੀ ਖਬਰ ਨਹੀਂ ਦਿਖਾਵਾਂਗੇ, ਕੋਈ ਝਗੜੇ ਦੀ ਖਬਰ ਨਹੀਂ ਦਿਖਾਵਾਂਗੇ ਜਾਂ ਕਿਸੇ ਡਿਸਪਿਊਟ ਦੀ ਖਬਰ ਨਹੀਂ ਦਿਖਾਵਾਂਗੇ। ਖਬਰ ਅੱਜ ਤੁਹਾਨੂੰ ਦਿਖਾਵਾਂਗੇ ਸਰਕਾਰੀ ਮੁਲਾਜ਼ਮ ਦਾ ਇੱਕ ਸਨਮਾਨ। 31.5 ਸਾਲ ਨੌਕਰੀ ਪੂਰੀ ਹੋਣ ਤੋਂ ਬਾਅਦ ਉਹਨੂੰ ਕਿਸ ਤਰੀਕੇ ਦੇ ਨਾਲ ਆਪਣੇ ਸਟਾਫ ਵੱਲੋਂ ਸਰਕਾਰੀ ਮੁਲਾਜ਼ਮਾਂ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਵੈ, ਤੇ ਖਾਸ ਤੌਰ ਤੇ ਜੋ ਉਹਦੀ ਡਿਊਟੀ ਖਤਮ ਹੋਣ ਤੇ ਜ਼ਿਕਰ ਕਰ ਰਿਹਾ ਮੈਂ ਇਸ ਵਕਤ ਰਿਟਾਇਰਮੈਂਟ ਦਾ। ASI ਤੋਂ ਬਾਅਦ ਸਬ ਇੰਸਪੈਕਟਰ ਬਣੇ। ਨਿਰਮਲ ਸਿੰਘ ਨੇ ਆਪਣੀ ਇੱਕ ਖੁਆਇਸ਼ ਰੱਖੀ ਸੀ ਅਫਸਰਾਂ ਦੇ ਸਾਹਮਣੇ ਕਿ ਜਿੱਦਣ ਮੇਰੀ ਰਿਟਾਇਰਮੈਂਟ ਹੋਵੇ ਤੇ ਮੈਨੂੰ ਸਰਕਾਰੀ ਗੱਡੀ ਹੈ ਜਿਹੜੀ ਉਹ ਘਰ ਛੱਡ ਕੇ ਜਾਵੇ। SHO ਸਾਹਿਬ ਨੇ ਅੱਗੇ ਗੱਲ ਕੀਤੀ ਅਫਸਰਾਂ ਦੇ ਨਾਲ ਤੇ ਜਦੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਕੋਲ ਇਹ ਗੱਲ ਪਹੁੰਚਦੀ ਹੈ ਤੇ ਉਹ ਖਾਸ ਤੌਰ ਤੇ ਇਸ ਚੀਜ਼ ਤੋਂ ਪ੍ਰਭਾਵਿਤ ਵੀ ਹੁੰਦੇ ਨੇ ਤੇ ਰਿਟਾਇਰਮੈਂਟ ਵਾਲੇ ਦਿਨ ਨਿਰਮਲ ਸਿੰਘ ਦੀ ਜੀ ਉਹਦੀ ਖੁਆਇਸ਼ ਹੈ ਉਹਨੂੰ ਪੂਰੀ ਕਰਨ ਵਾਸਤੇ ਆਪਣੀ ਉਹ ਗੱਡੀ ਜਿਹੜੀ ਹੈ ਥਾਣੇ ਭੇਜ ਦਿੰਦੇ ਨੇ। ਅੱਜ ਉਹ ਦਿਨ ਹੈ, ਉਹ ਸਮਾਂ ਹੈ ਜਦੋਂ ਸਾਰੇ ਥਾਣੇ ਦੇ ਅੰਦਰ ਇਸ ਵਕਤ ਐਸਕੋਰਟ ਦੇ ਜਿਹੜੇ ਪਾਇਲਟ ਦੇ ਨਾਲ ਅਫਸਰ ਸਾਹਿਬਾਨ ਵੀ ਜਿਹੜੇ ਨਾਲ ਰਹਿੰਦੇ ਨੇ, ਮੁਲਾਜ਼ਮ ਰਹਿੰਦੇ ਨੇ, ਉਹ ਇਸ ਵਕਤ ਇੱਥੇ ਥਾਣੇ ਪਹੁੰਚੇ ਨੇ। ਪੂਰਾ ਇਸ ਵਕਤ ਥਾਣਾ ਜਿਸ ਤਰੀਕੇ ਦੇ ਨਾਲ ਮੌਜੂਦ ਹੈ, ਪੂਰਾ ਸਤਿਕਾਰ ਇੱਕ ਆਪਣੇ ਮੁਲਾਜ਼ਮ ਨੂੰ ਸਾਥੀ ਨੂੰ ਦਿੱਤਾ ਜਾ ਰਿਹਾ ਵੈ। ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਤਸਵੀਰ ਹੈ, ਖਾਸ ਤੌਰ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨੌਕਰੀ ਕਰਨਾ ਚਾਹੁੰਦੀ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ, ਪਰ ਅੱਜ ਜਿਸ ਤਰੀਕੇ ਦੇ ਨਾਲ ਇੱਕ ਸਨਮਾਨ ਦਿੱਤਾ ਜਾ ਰਿਹਾ ਵੈ। ਫਿਰ ਮੈਂ ਗੱਲ ਇੱਥੇ ਦੁਹਰਾਉਣਾ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਉਹਨਾਂ ਕੋਲ ਇੱਕ ਜਿਹੜੀ ਹੈ ਉਹ ਗੱਲ ਆਉਂਦੀ ਹੈ ਕਿ ਮੁਲਾਜ਼ਮ ਚਾਹੁੰਦਾ ਹੈ ਕਿ ਰਿਟਾਇਰਮੈਂਟ ਵਾਲੇ ਦਿਨ ਉਹ ਸਰਕਾਰੀ ਗੱਡੀ ਦੇ ਵਿੱਚ ਘਰ ਜਾਵੇ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਵੱਲੋਂ ਇਹ ਖੁਆਇਸ਼ ਪੂਰੀ ਕੀਤੀ ਜਾਂਦੀ ਹੈ। ਪੂਰਾ ਇਸ ਵੇਲੇ ਸਟਾਫ ਮੌਜੂਦ ਹੈ, ਨਿਰਮਲ ਸਿੰਘ ਵੀ ਮੌਜੂਦ ਨੇ, 31 ਸਾਲ ਦੀ ਨੌਕਰੀ, ਸਾਢੇ 31 ਸਾਲ ਦੀ, ਇੱਕ ਇੱਕ ਦਿਨ ਯਾਦ ਹੈ ਤਾਂ ਹੀ ਸਾਢੇ 31 ਸਾਲ। ਕਿਸ ਤਰੀਕੇ ਦੇ ਨਾਲ ਯਾਦ ਕਰਦੇ ਹੋ ਉਹ ਪਹਿਲਾ ਦਿਨ ਜਦੋਂ ਨੌਕਰੀ ਜੁਆਇਨ ਕੀਤੀ ਹੈ ਤੇ ਅੱਜ ਉਹ ਅਖੀਰਲਾ ਦਿਨ, ਇੰਨੀ ਖੁਸ਼ੀ ਦਾ ਭਰਿਆ ਦਿਨ? ਵਧੀਆ ਜੀ, ਦੋਨੋਂ ਹੀ ਬਹੁਤ ਵਧੀਆ ਖੁਸ਼ੀ ਵਾਲੇ ਦਿਨ ਸੀਗੇ ਜੀ, ਜਿਸ ਦਿਨ ਨੌਕਰੀ ਮਿਲੀ ਉਸ ਦਿਨ ਵੀ ਜੀ, ਤੇ ਜਿਸ ਦਿਨ ਹੁਣ ਰਿਟਾਇਰ ਹੋਏ, ਦੋਨੇ ਬਹੁਤ ਵਧੀਆ ਲੱਗੇ।
ਮੈਂ ਇੱਕ ਦੋ ਤੁਹਾਡੇ ਕੋਲੋਂ ਜ਼ਰੂਰ ਇਹ ਗੱਲ ਆਖਾਂਗਾ ਕਿ ਉਦਾਹਰਨਾਂ ਜਿਹੜੀਆਂ ਕਿ ਜ਼ਰੂਰ ਸਾਂਝੀਆਂ ਕਰੋ। ਇਸ ਵੇਲੇ ਲੱਗਿਆ ਕਿ ਨੌਕਰੀ ਬਹੁਤ ਔਖੀ ਹੈ, ਕਿਤੇ ਫਸ ਗਏ ਆ ਕੇ, ਅਤੇ ਦੂਸਰਾ ਇਹ ਕਿ ਇਹ ਨੌਕਰੀ ਜਿਹੜੀ ਹੈ ਕਿ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਕਿਸੇ ਦਾ ਪਲ ਹੁੰਦਾ। ਕੁਛ ਇਹੋ ਜਿਹੇ ਦੋ ਪਲ ਜਿਹੜੇ 31.5 ਸਾਲਾਂ ਦੇ ਵਿੱਚ ਤੁਹਾਡੇ ਵਾਸਤੇ ਯਾਦਗਾਰੀ? ਮੇਰੇ ਸਾਰੇ ਬਹੁਤ ਵਧੀਆ ਰਹੇ ਜੀ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਈ ਮੇਰੀ ਡਿਊਟੀ ਦੌਰਾਨ ਜੀ, ਸਾਰੇ 31 ਸਾਲ ਦੇ ਵਿੱਚ ਜੋ ਵੀ। ਆਉਣ ਵਾਲੀ ਜਨਰੇਸ਼ਨ ਵੀ ਹੁਣ ਪੁਲਿਸਿੰਗ 'ਚ ਜਿਹੜਾ ਆਉਣਾ ਚਾਹੁੰਦੀ ਹੈ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੂੰ ਲੈ ਕੇ ਗੱਲਾਂ ਵੀ ਹੁੰਦੀਆਂ ਨੇ ਪੋਜ਼ਿਟਿਵ ਵੀ, ਅਤੇ ਅੱਜ ਇੱਕ ਇਹੋ ਜਿਹਾ ਐਸਪੈਕਟ ਜਿਹੜਾ ਦੇਖਣ ਨੂੰ ਮਿਲਦਾ ਪਿਆ ਜੋ ਤਸਵੀਰ ਹੈ, ਕਿਵੇਂ ਇਹਨੂੰ ਵੇਖਦੇ ਹੋ? ਅਤੇ ਖਾਸ ਤੌਰ 'ਤੇ ਜਿਹੜੇ ਆਉਣ ਵਾਲੇ ਨੌਜਵਾਨ ਨੇ ਪੁਲਿਸ 'ਚ ਆਉਣਾ ਚਾਹੁੰਦੇ, ਕੀ ਉਹਨਾਂ ਨੂੰ ਇੱਕ ਅਪੀਲ ਅਤੇ ਸੰਦੇਸ਼ ਦੇ? ਬਸ ਇਹੋ ਹੀ ਆ ਜੀ, ਇਹਦੇ ਵਿੱਚ ਸਮੇਂ ਸਿਰ ਬਸ ਟਾਈਮ ਨਾਲ, ਬਾਕੀ ਸਾਰਾ ਕੁਛ ਠੀਕ ਆ, ਟਾਈਮ ਨਾਲ ਆਪਣੀ ਡਿਊਟੀ 'ਤੇ ਪਹੁੰਚੋ, ਸਾਰਾ ਕੁਛ, ਕੋਈ ਗੱਲ ਨਹੀਂ ਹੋ ਰਿਹਾ ਜੀ। ਇਸ ਵਕਤ ਇੱਥੇ ਅਫਸਰ ਸਾਹਿਬਾਨ ਵੀ ਮੌਜੂਦ ਨੇ, ਦਮਨਵੀਰ ਹੋਣੀ ਜਿਹੜੇ ਨੇ ਕਿ ACP ਸਾਹਿਬ ਨੇ, ਉਮਰ ਦੇ ਵਿੱਚ ਛੋਟੇ ਨੇ, ਇਸ ਵਕਤ ਤੁਸੀਂ ਇੱਕ ਅਹੁਦੇ ਤੇ ਵੀ ਹੋ, ਪਰ ਜਿਸ ਤਰੀਕੇ ਨਾਲ ਸਨਮਾਨ ਵੀ ਦਿੱਤਾ ਗਿਆ, ਇੱਕ ਵੱਖਰੀ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਲ ਸੁਨੇਹਾ ਕੀ? ਸਾਡਾ ਸੁਨੇਹਾ ਜੀ ਸਾਰਿਆਂ ਨੂੰ ਇਹੀ ਹੈ ਵੀ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਦੀ ਮੁਹਿੰਮ ਹੈ ਜਿਹੜੀ ਵੀ ਨਸ਼ੇ ਤੋਂ ਦੂਰ ਭੱਜੋ, ਜਿਹੜੇ ਸਾਡੇ ਪੁਰਾਣੇ ਮੁਲਾਜ਼ਮ ਨੇ, ਜਿਵੇਂ ਹੁਣ ਸਾਡੇ 31 ਸਾਲ ਇਹਨਾਂ ਦੀ ਡਿਊਟੀ ਹੋ ਗਈ, ਤੇ ਜਿੰਨੇ ਇਹ ਫਿੱਟ ਨੇ ਮੈਨੂੰ ਨਹੀਂ ਲੱਗਦਾ ਕਿਸੇ ਨਸ਼ੇ ਨੂੰ ਇਹਨਾਂ ਨੇ ਕਦੇ ਹੱਥ ਲਾਇਆ ਹੋਣਾ। ਇੱਕ ਤਾਂ ਸਭ ਤੋਂ ਵੱਡਾ ਮੈਸੇਜ ਇਹੀ ਜਾਂਦਾ ਵੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਪੂਰੀ ਕਰਕੇ ਅੱਜ ਚੱਲੇ ਨੇ, ਤੇ ਬਹੁਤ ਵੱਡਾ ਦਿਨ ਹੈ ਜਿਵੇਂ ਇਹਨਾਂ ਨੇ ਦੱਸਿਆ ਵੀ ਪਹਿਲਾ ਦਿਨ ਵੀ ਖਾਸ ਹੁੰਦਾ ਤੇ ਆਖਰੀ ਦਿਨ ਵੀ ਖਾਸ ਹੁੰਦਾ। ਅੱਜ ਖਾਸ ਦਿਨ ਦੇ ਵਿੱਚ ਇਹਨਾਂ ਦੀ ਇੱਕ ਇੱਛਾ ਸੀਗੀ ਕਿ ਮੈਨੂੰ ਜਿਹੜਾ ਸਰਕਾਰੀ ਵਾਹਨ ਦੇ ਵਿੱਚ ਜਿਹੜਾ ਲਿਆ ਜਾਵੇ। ਸੀਪੀ ਸਾਹਿਬ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਸਤਿਕਾਰਯੋਗ ਇਹਨਾਂ ਦੇ ਜਿਹੜੀ ਸੇਵਾਵਾਂ ਨੇ ਜਿਹੜੀਆਂ ਇੰਨੀਆਂ 31.5 ਸਾਲ ਨਿਭਾਈਆਂ ਪੰਜਾਬ ਪੁਲਿਸ ਦੇ ਵਿੱਚ ਲੰਬਾ ਸਮਾਂ, ਉਹਨੂੰ ਇੱਕ ਰਿਸਪੈਕਟ ਕਰਦੇ ਹੋਏ ਉਹਨਾਂ ਨੇ ਨਾ ਕੇਵਲ ਇਹਨਾਂ ਦੀ ਇੱਛਾ ਨੂੰ ਪੂਰਾ ਕੀਤਾ ਬਲਕਿ ਆਪਣੀ ਪਰਸਨਲ ਗੱਡੀ ਤੇ ਆਪਣੀ ਪਾਇਲਟ ਭੇਜੀ ਤਾਂ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਜਿਹੜਾ ਇੱਕ ਸਭ ਤੋਂ ਵੱਡਾ ਇਹਨਾਂ ਨੂੰ ਤੋਹਫਾ ਦਿੱਤਾ ਜਾ ਸਕੇ, ਜਿਹੜਾ ਕਿ ਇੱਕ ਯਾਦਗਾਰ ਬਣਾਵੇ ਇਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਨੂੰ, ਸਾਡੇ ਸਾਰਿਆਂ ਵਾਸਤੇ ਬਹੁਤ ਹੀ ਮੋਟੀਵੇਟਿੰਗ ਹੈ ਤੇ ਸਾਡੀ ਫੋਰਸ ਵਾਸਤੇ ਇਹ ਇੱਕ ਪ੍ਰੇਰਣਾ ਸਰੋਤ ਹੈ। ਇਹਨਾਂ ਦੀ ਤਨਦੇਹੀ ਵਾਲੀ ਡਿਊਟੀ ਤੇ ਸਾਡੇ ਸਤਿਕਾਰਯੋਗ CP ਸਾਹਿਬ ਦਾ ਇਹ ਜਿਹੜਾ ਉਹਨਾਂ ਨੇ ਸਟੈਪ ਚੱਕਿਆ ਤੇ ਇਹਨਾਂ ਵਾਸਤੇ ਜਿਹੜਾ ਇਹ ਰਿਗਾਰਡ ਇਹਨਾਂ ਸਰਵਿਸ ਨੂੰ ਦਿੱਤਾ। ਮੇਰਾ ਇੱਕ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਸਨਮਾਨ ਮਿਲਦਾ ਪਿਆ, ਬੇਹੱਦ ਲੋਕ ਜਿਹੜੇ ਤਸਵੀਰਾਂ ਦੇਖਦੇ ਵੀ ਹੋਣਗੇ ਚਾਹੇ ਕਲੀਗਸ ਵੀ ਹੋਣਗੇ, ਉਹ ਇਹ ਜ਼ਰੂਰ ਭਾਵਨਾ ਰੱਖਣਗੇ ਕਿ ਸਾਨੂੰ ਵੀ ਸਨਮਾਨ ਮਿਲੇ, ਪਰ ਅਹਿਮ ਇੱਕ ਚੀਜ਼ ਹੋ ਜਾਂਦੀ ਹੈ, ਉਹ ਤਨਦੇਹੀ ਤੇ ਖਾਸ ਕਰਕੇ ਡੈਡੀਕੇਸ਼ਨ, ਉਹਨੂੰ ਕਿਵੇਂ ਤੁਸੀਂ ਡਿਸਕ੍ਰਾਈਬ ਕਰਦੇ ਹੋ? ਕਿਉਂਕਿ ਤੁਸੀਂ ਇਸ ਵਕਤ ਆਪ ਵੀ ਗਰਾਊਂਡ ਤੇ ਹੋ, ਫੀਲਡ ਤੇ ਰਹਿੰਦੇ, ਉਹਦੇ ਵਾਸਤੇ ਵੀ ਇੱਕ ਮੈਸੇਜ ਦੇਣਾ ਬਹੁਤ ਜ਼ਰੂਰੀ। ਇਹ 'ਚ ਇੱਦਾਂ ਜੀ, ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇਹਨਾਂ ਨੇ ਇੱਕ ਇੱਕ ਦਿਨ ਹਰ ਇੱਕ ਪਲਿਆਂ ਦਾ ਯਾਦਗਾਰ ਸੀਗਾ, ਉਹ ਯਾਦਗਾਰ ਤਾਂ ਹੀ ਬਣਦਾ ਵੀ ਸਾਨੂੰ ਜਿਹੜੀ ਇੱਕ ਪੂਰੀ ਸੋਸਾਇਟੀ ਨੂੰ ਆਪਣੀ ਫੈਮਿਲੀ ਦੇ ਤੌਰ ਤੇ ਮੰਨ ਕੇ ਆਪਣੀ ਸੇਵਾ ਜਦ ਅਸੀਂ ਨਿਭਾਉਂਦੇ ਹਾਂ ਤਾਂ ਹੀ ਸਾਡਾ ਜਿਹੜਾ ਹਰ ਦਿਨ ਖਾਸ ਬਣਦਾ। ਇਹ ਡਿਊਟੀ ਸਾਨੂੰ ਇਹ ਮੌਕਾ ਦਿੰਦੀ ਹੈ ਵੀ ਅਸੀਂ ਆਪਣੀ ਤਨਦੇਹੀ ਦੇ ਨਾਲ ਇੱਕ ਸੋਸਾਇਟੀ ਦੇ ਵਿੱਚ ਪੋਜ਼ਿਟਿਵ ਚੇਂਜ ਲੈ ਕੇ ਆਈਏ, ਤੇ ਉਹ ਪੋਜ਼ਿਟਿਵ ਚੇਂਜ ਹੀ ਸਾਡੀ ਜਿਹੜੀ ਆ ਲੈ ਕੇ ਆਉਂਦੇ ਹਾਂ ਤਾਂ ਸਭ ਤੋਂ ਵੱਡੀ ਮੋਟੀਵੇਸ਼ਨ ਹੈ। ਤੇ ਇਸੇ ਤਰੀਕੇ ਨਾਲ ਮੈਂ ਚਾਹੁੰਦਾ ਹਾਂ ਵੀ ਇਹ ਇਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਸਾਡੇ ਸਾਰੇ ਜਿਹੜੇ ਯੰਗ ਅਫਸਰ ਨੇ ਜਾਂ ਯੰਗ ਮੁਲਾਜ਼ਮ ਜਿਹੜੇ ਹੋਰ ਭਰਤੀ ਹੋਣਾ ਚਾਹੁੰਦੇ ਨੇ ਜਾਂ ਆਲਰੇਡੀ ਸਰਵਿਸ 'ਚ ਨੇ, ਉਹ ਇਹ ਤੋਂ ਇੱਕ ਸਬਕ ਲੈਣ ਤਾਂ ਕਿ ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰੀਏ ਸੋਸਾਇਟੀ 'ਚ, ਚਾਹੇ ਛੋਟੇ ਪੱਧਰ ਤੇ ਜਾਂ ਵੱਡੇ ਪੱਧਰ ਤੇ ਛੋਟੇ ਤੋਂ ਛੋਟਾ ਚੇਂਜ ਲੈਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹ ਦਿਨ ਜਿਹੜਾ ਕਿ ਫੇਅਰਵੈਲ ਦਾ ਜਿਹੜਾ ਕਿ ਇਸ ਤਰੀਕੇ ਨਾਲ ਆਵੇ। ਮੈਂ ਇੱਕ ਅਖੀਰਲਾ ਸਵਾਲ ਕਰਾਂਗਾ, ਤੁਸੀਂ ਨਾਲ ਇਹਨਾਂ ਦੇ ਆਏ ਹੋ, ਅੱਜ ਜੋ ਪੰਜਾਬ ਪੁਲਿਸ ਦਾ ਜਿਸ ਤਰੀਕੇ ਦੇ ਨਾਲ ਅੱਜ ਸਨਮਾਨ ਹੈ, ਲੰਮਾ ਸਮਾਂ ਇਹਨਾਂ ਰਹੇ ਹੈ, ਕਿਵੇਂ ਵੇਖਦੇ ਪਏ ਹੋ ਤੇ ਕੀ ਕਹਿਣਾ ਚਾਹੁੰਦੇ? ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮਤਲਬ ਪੁਲਿਸ ਦੀ ਨੌਕਰੀ ਕਰਨੀ ਤਾਂ ਕਾਫੀ ਹਾਰਡ ਆ, ਪਰ ਸਾਨੂੰ ਸਬਕ ਮਿਲਦਾ ਕਿ ਜਿਹੜੀ ਆਪਣੀ ਆਮ ਜਨਤਾ ਆ ਉਹ ਮਤਲਬ ਨੀਂਦ ਦੀ ਚੈਨ ਜਿਹੜੀ ਆ, ਮਤਲਬ ਰਾਤ ਨੂੰ ਜਿਹੜੇ ਸੌਂਦੇ ਆ ਆਪਾਂ ਉਹ ਚੈਨ ਨਾਲ ਸੌਂਦੇ ਆ ਸਾਰੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਇਹਨਾਂ ਨੇ ਆਪਣੀ ਡਿਊਟੀ ਜਿਹੜੀ ਆ ਬਹੁਤ ਤਨਦੇਹੀ ਦੇ ਨਾਲ ਨਿਭਾਈ ਆ, ਡਿਸਿਪਲਿਨ ਦੇ ਵਿੱਚ ਰਹੇ ਆ, ਔਰ ਇੱਕ ਵੱਖਰੀ ਉਦਾਹਰਨ ਵੀ ਸੈੱਟ ਕੀਤੀ ਸਰਕਾਰੀ ਮੁਲਾਜ਼ਮ, ਸਰਕਾਰੀ ਮੁਲਾਜ਼ਮ ਦਾ ਸਨਮਾਨ ਕਿੱਦਾਂ ਕਰਦਾ ਵਾ। ਬਹੁਤ ਵਧੀਆ ਕੀਤਾ ਜੀ ਇਹਨਾਂ ਨੇ, ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਠੀਕ, ਹਾਂਜੀ ਠੀਕ ਆ। ਇਹ ਤਸਵੀਰ ਇਸ ਵਕਤ ਸਾਂਝੀ ਕੀਤੀ ਹੈ।
ਇਸ ਵਕਤ ਜ਼ਰੂਰ ਇੱਥੇ ਇੱਕ ਹੋਰ ਗੁਜ਼ਾਰਿਸ਼ ਕਰਾਂਗੇ, ਜੇਕਰ ਪੋਸੀਬਲ ਹੋ ਸਕੇ ਤੇ ਜ਼ਰੂਰ ਸੀਪੀ ਸਾਹਿਬ ਨੂੰ ਕਾਲ ਲਗਾਈ ਜਾਵੇ ਤੇ ਜਾਣ ਲੱਗਿਆ ਫੇਅਰਵੈਲ, ਕਿਉਂਕਿ ਜਿਹੜਾ ਉਪਰਾਲਾ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੇ ਸਾਰਾ ਮੈਨੇਜ ਕੀਤਾ, ਤੁਸੀਂ ਲੋਕ ਇੱਥੇ ਪਹੁੰਚੇ ਹੋ, ਸਾਰਾ ਸਨਮਾਨ ਦੇ ਰਹੇ ਹੋ, ਜ਼ਰੂਰ ਇੱਕ ਵਾਰੀ ਚਾਹਾਂਗੇ ਕਿ ਸਪੀਕ ਫੋਨ ਤੇ ਲੈ ਕੇ ਇੱਕ ਵਾਰੀ ਜ਼ਰੂਰ ਉਹਨਾਂ ਵੱਲੋਂ ਵੀ ਫੇਅਰਵੈਲ ਦਵਾਈ ਜਾਵੇ। ਸਰ ਜੈਨ ਸਰ, ਹੈਲੋ ਜੈਨ ਤੁਸੀਂ ਰਿਟਾਇਰ ਨਹੀਂ ਹੋ ਰਹੇ ਹੋ, ਆਪਾਂ ਇੱਕ ਫੈਮਿਲੀ ਹੈ। ਹਾਂਜੀ ਹਾਂਜੀ ਸਰ, ਦਰਵਾਜ਼ੇ ਕੋਈ ਵੀ ਇਸ਼ੂ ਹੋਏ ਪੂਰਾ ਪੂਰਾ ਟਾਈਮ ਖੁੱਲੇ। ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ ਸਰ। ਇੱਕ ਵਾਰ ਪਾ ਲਈਏ ਤੇ ਫਿਰ ਉਤਰਦੀ ਨਹੀਂ ਹੈ, ਚਾਹੇ ਰਿਟਾਇਰ ਵੀ ਹੋ ਜਾਏ। ਹਾਂਜੀ ਹਾਂਜੀ ਸਰ, ਠੀਕ ਹੈ ਸਰ, ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸਰ। ਜੈਸਚਰ ਤੁਹਾਡੇ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ, ਇਹਦਾ ਖਾਸ ਮਕਸਦ ਸਰ? ਕੱਟ ਗਿਆ ਸਰ, ਕੱਟ ਗਿਆ। ਇਸ ਵਕਤ ਤੁਸੀਂ ਵੇਖਿਆ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਤਰੀਕੇ ਦੇ ਨਾਲ ਇਸ ਵਕਤ ਸਰਕਾਰੀ ਜਿਹੜੀ ਗੱਡੀ ਵੀ ਇੱਥੇ ਪਹੁੰਚੀ ਹੈ, ਫੁੱਲਾਂ ਨਾਲ ਉਹਨੂੰ ਸਜਾਇਆ ਵੀ ਹੋਇਆ ਵੈ। ਇੱਥੇ ਸੀਪੀ ਸਾਹਿਬ ਨੇ ਆਪ ਆਪਣੀ ਜਿਹੜੀ ਗੱਡੀ ਹੈ ਉਹ ਇੱਥੇ ਭੇਜੀ ਹੈ, ਤਾਂ ਕਿ ਜਿਸ ਤਰੀਕੇ ਦੇ ਨਾਲ ਨਿਰਮਲ ਸਿੰਘ ਹੋਰਾਂ ਨੇ ਇੱਕ ਆਪਣੀ ਖੁਆਇਸ਼ ਜਤਾਈ ਸੀਗੀ ਕਿ ਜਿਸ ਤਰੀਕੇ ਦੇ ਨਾਲ ਉਹ ਰਿਟਾਇਰਮੈਂਟ ਵਾਲੇ ਦਿਨ ਇੱਥੋਂ ਰੁਖਸਤ ਹੋਣਾ ਚਾਹੁੰਦੇ ਨੇ ਆਪਣੇ ਥਾਣੇ ਤੋਂ, ਤੇ ਉਸ ਤੋਂ ਬਾਅਦ ਜਦੋਂ ਅਫਸਰਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤੇ ਉਹ ਉਹਨਾਂ ਦੀ ਖੁਆਇਸ਼ ਪੂਰੀ ਕਰਨ ਵਾਸਤੇ ਇੱਥੇ ਆਪਣੇ ਅਫਸਰ ਸਾਹਿਬਾਨ ਨੂੰ ਭੇਜਦੇ ਨੇ। ਏਸੀਪੀ ਸਾਹਿਬ ਜ਼ਰੂਰ ਇੱਥੇ ਮੌਕੇ ਤੇ ਮੌਜੂਦ ਨੇ, ਪਰ ਆਹ ਜਿਹੜਾ ਇੱਕ ਜੈਸਚਰ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ, ਸ਼ਲਾਘਾਯੋਗ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਵੀ ਜਿਹੜੀ ਇਮੇਜ ਨੂੰ ਲੈ ਕੇ ਬਹੁਤ ਜਿਹੜਾ ਕਿ ਤਰੀਕੇ ਦੀਆਂ ਗੱਲਾਂ ਵੀ ਨੇ, ਪੋਰਟਰੇਟ ਖਿੱਚਾ ਕੀਤੀਆਂ ਜਾਂਦੀਆਂ ਨੇ ਕਿ ਇਮੇਜ ਨੂੰ ਲੈ ਕੇ, ਬਟ ਅੱਜ ਜਿਸ ਤਰੀਕੇ ਦੇ ਨਾਲ ਸਰਕਾਰੀ ਮੁਲਾਜ਼ਮ ਆਪਣੇ ਹੀ ਸਰਕਾਰੀ ਮੁਲਾਜ਼ਮ ਦਾ ਜਿਸ ਤਰੀਕੇ ਦੇ ਨਾਲ ਸਨਮਾਨ ਕਰਦਾ ਵੈ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਅਹਿਮ ਹੈ। ਇੱਥੇ ਹੋਰ ਵੀ ਅਫਸਰ ਸਾਹਿਬਾਨ ਮੌਜੂਦ ਨੇ ਜਿਹੜੇ ਨਾਲ ਗੱਡੀ 'ਚ ਚੱਲਦੇ ਨੇ, ਯੰਗ ਹੋ ਤੁਸੀਂ ਸਾਰੇ, ਜਿਸ ਤਰੀਕੇ ਦੇ ਨਾਲ ਅੱਜ ਇੱਕ ਲੰਮਾ ਸਮਾਂ ਹੈ, 31.5 ਸਾਲ ਦੀ ਜੌਬ ਹੈ, ਕਿਸ ਤਰੀਕੇ ਦਾ, ਮੈਂ ਵਾਰੋ ਵਾਰੀ ਜ਼ਰੂਰ ਇੱਕ ਵਾਰੀ ਵਾਰੀ ਕਰਕੇ ਤੁਹਾਡਾ ਲੈਣਾ ਚਾਹਾਂਗਾ ਕਿ ਬਿਆਨ ਕਿ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੇ ਡੈਡੀਕੇਸ਼ਨ ਖਾਸ ਤੌਰ ਤੇ ਆਉਣ ਵਾਲੇ ਜਿਹੜੇ ਮੁਲਾਜ਼ਮ ਉਹ ਕਿਵੇਂ ਵੇਖ ਲੈਂਦੇ ਆ? ਦੇਖੋ ਜੀ, ਇੰਨੀ ਵਧੀਆ ਸਰਵਿਸ 58 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਜਦੋਂ ਇਹ ਦਿਨ ਆਉਂਦਾ ਆ ਜੀ, ਬਹੁਤ ਵਧੀਆ ਪ੍ਰਾਊਡ ਹੁੰਦਾ ਹੈ। ਬਿਲਕੁਲ ਬੇਫਿਕਰ ਹੋ ਕੇ ਪੰਜਾਬ ਪੁਲਿਸ ਜਾਓ ਜੀ, ਤੇ ਬਹੁਤ ਵਧੀਆ ਮਹਿਕਮਾ ਜੀ, ਤੇ ਵੈਲਕਮ। ਪ੍ਰੋਟੈਕਟ IPS ਨੂੰ ਵੀ ਕਰਦੇ ਰਹੇ ਹੋ, ਹੋਰ ਵੀ ਸਰਵਿਸਿਸ ਤੇ, ਅੱਜ SI ਨੂੰ ਵੀ ਜਿਹੜਾ ਪ੍ਰੋਟੈਕਟ ਕਰਕੇ ਲੈ ਕੇ ਜਾਣਾ ਮੈਂ, ਕਿਸ ਤਰੀਕੇ ਦੀ ਫੇਰ? ਸਰ, ਇੱਕ ਪ੍ਰਾਊਡਫੁਲ ਮੂਮੈਂਟ ਹੈ ਸਾਡੇ ਲਈ ਵੀ, ਜਿਸ ਇੰਨਾ ਟਾਈਮ ਉਹਨਾਂ ਨੇ ਆਪਣੀ ਜੌਬ ਦਾ ਸਾਡੇ ਮਹਿਕਮੇ ਵਿੱਚ ਦਿੱਤਾ, ਸਾਰੀ ਉਮਰ ਆਪਣੀ ਇਸ ਕੰਮ ਨੂੰ ਦਿੱਤੀ, ਸੋ ਵਧੀਆ ਫੀਲ ਹੋ ਰਿਹਾ ਜੀ ਇਸ ਟਾਈਮ ਸਰ ਹੁਣਾਂ ਨਾਲ ਵੀ ਇੱਥੇ। ਮੇਰਾ ਇੱਕ ਤੁਹਾਡੇ ਕੋਲੋਂ ਵੀ ਸਵਾਲ ਹੈ, ਤੁਸੀਂ ਭੱਜੋ ਨਾ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ। ਸਟਾਰਟਿੰਗ ਫਸਟ ਡੇ ਤੇ ਅੱਜ ਜੋ ਇੱਕ ਨੌਕਰੀ ਦੇ ਜਿਸ ਪੜਾਵ ਤੇ ਹੋ, ਜਿਸ ਤਸਵੀਰਾਂ ਵੀ ਨੇ, ਕਿਵੇਂ ਡਿਸਕ੍ਰਾਈਬ ਕਰ ਦਿਓ? ਅੜਚਨ ਵੀ ਹੈ ਜਾਂ ਕਿਸ ਤਰੀਕੇ ਦੇ ਨਾਲ ਹੈ ਜਿਹੜੀ ਯੂਥ ਆਉਣ ਵਾਸਤੇ ਪੰਜਾਬ ਪੁਲਿਸ 'ਚ ਸੋਚ ਰਿਹਾ? ਸਰ, ਇੱਕ ਲਾਈਫ ਇੱਕ ਇਹੀ ਜਰਨੀ ਆ, ਇੱਕ ਜਦੋਂ ਆਪਾਂ ਸਟਾਰਟਿੰਗ ਤੋਂ ਦੇਖਦੇ ਹਾਂ ਡਿਫਰੈਂਟ ਡਿਫਰੈਂਟ ਓਪਰਚੁਨਿਟੀ ਮਿਲਦੀਆਂ ਆ, ਵੱਖਰੇ ਵੱਖਰੇ ਹਾਲਾਤ ਬਣਦੇ ਆ, ਅੱਜ ਜੋ ਹਾਲਾਤ ਬਣੇ ਹੋਏ ਆ, ਮਤਲਬ ਦੇਖ ਕੇ ਹਰੇਕ ਬੰਦਾ ਮੋਟੀਵੇਟ ਹੋ ਰਿਹਾ, ਅਸੀਂ ਆਪਣੇ ਆਪ ਨੂੰ ਖੁਦ ਮੋਟੀਵੇਟ ਕਰ ਰਹੇ ਹਾਂ ਕਿ ਮਤਲਬ ਸਾਡੇ ਤੇ ਵੀ ਇਹ ਦਿਨ ਜਦੋਂ ਆਊਗਾ ਤਾਂ ਖਾਸ ਤੌਰ ਤੇ ਜਿਹੜੀ ਇੰਨੀ ਲੰਮੀ ਸਰਵਿਸ ਹੈ ਉਹ ਪੂਰੀ ਤਨਦੇਹੀ ਦੇ ਨਾਲ ਕੀਤੀ ਜਾਵੇ। ਬਹੁਤ ਅਹਿਮ ਗੱਲ ਆਖੀ ਕਿ ਪ੍ਰਾਈਡ ਤੇ ਇੱਕ ਪ੍ਰਾਊਡ ਦੀ ਜਿਹੜੀ ਹੈ ਕਿ ਉਹ ਕੰਬਾਈਨ ਇੱਥੇ ਸਿਚੁਏਸ਼ਨ ਵੀ ਬਣੀ ਹੋਈ ਹੈ ਤੇ ਇੱਕ ਪਿਕਚਰ ਜਿਹੜੀ ਹੈ ਇਸ ਵਕਤ ਤਿਆਰ ਹੋ ਕੇ ਇੱਕ ਸਾਹਮਣੇ ਹੋ ਕੇ ਆਈ, ਉਹ ਬੇਹੱਦ ਇੱਕ ਚੰਗੀ ਹੈ। ਇਸ ਵਕਤ ਐਸਕੋਰਟ ਕਰਨ ਵਾਸਤੇ ਪਾਇਲਟ ਗੱਡੀ ਉੱਥੇ ਮੌਜੂਦ ਹੈ,
ਅਫਸਰ ਸਾਹਿਬਾਨਾਂ ਦੇ ਜਿਹੜੇ ਗਾਰਡ ਨੇ, ਖਾਸ ਤੌਰ ਤੇ ਪਾਇਲਟ ਆਫਿਸਰਸ ਨੇ, ਉਹ ਹਮੇਸ਼ਾ ਤੁਸੀਂ ਦੇਖਦੇ ਹੋਵੋਗੇ ਕਿ ਕਿੱਦਾਂ ਉਹਨਾਂ ਐਸਕੋਰਟ ਕਰਦੇ ਨੇ, ਪਰ ਅਫਸਰ ਸਾਹਿਬਾਨਾਂ ਨੇ ਅੱਜ ਖਾਸ ਤੌਰ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਇਹ ਸਾਰੀ ਰੀਤੀ ਨੂੰ ਛੱਡ ਕੇ, ਆਪਣੀ ਸਿਕਿਉਰਿਟੀ ਨੂੰ ਛੱਡ ਕੇ ਨਿਰਮਲ ਸਿੰਘ ਹੋਰਾਂ ਦੀ ਫੇਅਰਵੈਲ ਤੇ ਭੇਜਿਆ ਵੈ, ਤਾਂ ਕਿ ਉਹ ਇੱਥੋਂ ਸਰਕਾਰੀ ਆਪਣਾ ਗੱਡੀ ਦੇ ਵਿੱਚ ਜਿਹੜਾ ਕਿ ਰੁਖਸਤ ਹੋਣ, ਅੱਗੇ ਉਹਨਾਂ ਦੇ ਜਿਹੜੇ ਨੇ ਕਿ ਥਾਰ ਜਿਹੜੀ ਉਹਨਾਂ ਦੀ ਹੈ ਪੰਜਾਬ ਪੁਲਿਸ ਦੀ, ਖਾਸ ਕਰਕੇ ਪਾਇਲਟ, ਉਹ ਇੱਥੋਂ ਲੈ ਕੇ ਜਾਈ ਜਾਵੇ। ਇਸ ਵਕਤ ਕਿਸ ਤਰੀਕੇ ਦੇ ਨਾਲ ਪੂਰੇ ਸਨਮਾਨਾਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਕਿ ਸਿਕਿਉਰਿਟੀ ਜਿਹੜੀ ਹੈ ਕਿ ਉੱਥੇ ਭੇਜੀ ਜਾਏਗੀ, ਤਾਂ ਕਿ ਉਹਨਾਂ ਨੂੰ ਇੱਕ ਪੂਰਾ ਇੱਕ ਪ੍ਰਾਊਡ ਫੀਲ ਜਿਹੜਾ ਹੈ ਕਿ ਕਰਾਇਆ ਜਾਵੇ, ਖਾਸ ਤੌਰ ਤੇ ਉਹਨਾਂ ਦੀ ਆਪਣੀ ਜਿਸ ਤਰੀਕੇ ਦੇ ਨਾਲ ਕਰਵਾ ਕੇ ਭੇਜਿਆ ਜਾਵੇ। ਇਸ ਵਕਤ ਤਸਵੀਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਲੰਧਰ ਦੇ ਡਿਵੀਜ਼ਨ ਨੰਬਰ 8 ਤੋਂ, ਜਿੱਥੇ ਅਫਸਰ ਸਾਹਿਬਾਨ ਇਸ ਵਕਤ ਪੂਰਾ ਇੱਕ ਰਿਗਾਰਡ ਦੇ ਕੇ ਇੱਕ ਆਨਰ ਜਿਹੜਾ ਉਹਨਾਂ ਨੂੰ ਦੇ ਰਹੇ ਨੇ, ਖਾਸ ਕਰਕੇ ਜਿਹੜੀ ਇੱਕ ਪ੍ਰਾਈਡ ਤੇ ਪ੍ਰਾਊਡ ਦੀ ਜਿਹੜੀ ਫੀਲ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੁਖਸਤ ਕੀਤਾ ਜਾ ਰਿਹਾ ਵੈ, ਫੇਅਰਵੈਲ ਦਿੱਤੀ ਜਾ ਰਹੀ ਹੈ। ਖਾਸ ਤੌਰ ਤੇ ਜਿਹੜੀ ਉਹਨਾਂ ਦੀ ਆਪਣੀ ਗੱਲ ਸੀ ਕਿ ਮੈਨੂੰ ਐਸਕੋਰਟ ਜਿਹੜਾ ਕਰਕੇ ਲੈ ਕੇ ਉਹ ਲੈ ਕੇ ਜਾਇਆ ਜਾਵੇ, ਇਹ ਜਲੰਧਰ ਪੁਲਿਸ ਕਮਿਸ਼ਨਰ ਹੋਰਾਂ ਦੀ ਹੀ ਆਪਣੀ ਜਿਹੜੀ ਉਹ ਗੱਡੀ ਹੈ। ਤੁਸੀਂ ਇਹ ਵੇਖ ਸਕਦੇ ਹੋ, ਇਹ ਜਿਹੜੀ ਤਸਵੀਰ ਹੈ ਬਹੁਤ ਅਹਿਮ ਹੈ, ਕਿਸ ਤਰੀਕੇ ਦੇ ਨਾਲ ਇਸ ਵਕਤ ਫੇਅਰਵੈਲ ਜਿਹੜਾ ਹੈ ਕਿ ਉਹ ਦੇ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਵੈ। ਖਾਸ ਤੌਰ ਤੇ ਅੱਗੇ ਪਿੱਛੇ ਦੋਨੋਂ ਪਾਸੇ ਐਸਕੋਰਟ ਦੀਆਂ ਗੱਡੀਆਂ ਨੇ, ਨਾਲ ਹੀ ਮੁਲਾਜ਼ਮ ਇਸ ਵਕਤ ਜਿਹੜਾ ਕਿ ਉਹ ਰੁਖਸਤ ਕਰਦੇ ਪਏ ਨੇ, ਚਾਹੇ ਉਹ ਮੇਲ ਨੇ ਚਾਹੇ ਉਹ ਫੀਮੇਲ ਸਟਾਫ, ਦੋਨੇ ਜਿਹੜੇ ਇਸ ਵਕਤ ਇਹਨਾਂ ਨੂੰ ਇੱਥੋਂ ਭੇਜ ਰਹੇ ਨੇ। ਇਹ ਤੁਹਾਡੇ ਨਾਲ ਅੱਜ ਖਾਸ ਰਿਪੋਰਟ ਜਿਹੜੀ ਹੈ ਕਿ ਉਹ ਸਾਂਝਾ ਕੀਤੀ ਹੈ ਤਸਵੀਰਾਂ, ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਗੱਡੀਆਂ ਨੂੰ ਰਵਾਨਾ ਕੀਤਾ ਗਿਆ, ਇੱਕ ਬੇਹੱਦ ਚੰਗੇ ਮਾਹੌਲ ਦੇ ਵਿੱਚ ਇੱਕ ਇੱਥੇ ਫੇਅਰਵੈਲ ਜਿਹੜੀ ਮੁਲਾਜ਼ਮ ਨੂੰ ਦਿੱਤੀ ਗਈ, ਤੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਜਿਹੜੀ ਹੈ ਕਿ ਪੰਜਾਬ ਪੁਲਿਸ ਜਲੰਧਰ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਭਮੀ ਸਿੰਘ ਨੂੰ ਦੀ ਇਜਾਜ਼ਤ, ਧੰਨਵਾਦ।